ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਸੁਪਰੀਮ ਕੋਰਟ ਨੇ ਪਿੱਛੇ ਜਿਹੇ ਕੋਵਿਡ-19 ਮਹਾਮਾਰੀ ਕਾਰਨ ਅਗਸਤ ਮਾਰਚ 2020 ਦੌਰਾਨ ਕਰਜ਼ੇ ਦੀ ਕਿਸ਼ਤ ਦੇ ਭੁਗਤਾਨ ਉੱਤੇ ਛੋਟ ਦੀ ਮਿਆਦ ਲਈ ਸਾਰੇ ਲੋਨ ਖਾਤਿਆਂ ਉੱਤੇ ਮਿਸ਼ਰਤ ਵਿਆਜ ਭਾਵ ਵਿਆਜ ਉੱਤੇ ਵਿਆਜ ਮਾਫ਼ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸਰਕਾਰੀ ਬੈਂਕਾਂ ਨੂੰ 1,800 ਕਰੋੜ ਰੁਪਏ ਤੋਂ ਲੈ ਕੇ 2,000 ਕਰੋੜ ਰੁਪਏ ਤੱਕ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਅਦਾਲਤ ਨੇ ਆਪਣੇ ਫੈਸਲੇ ਅਧੀਨ 2 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਉੱਤੇ ਮਿਸ਼ਰਤ ਵਿਆਜ ਵਿੱਚ ਛੋਟ ਦਿੱਤੀ ਹੈ। ਇਸ ਰਕਮ ਤੋਂ ਘੱਟ ਦੇ ਕਰਜ਼ੇ ਉੱਤੇ ਪਿਛਲੇ ਵਰ੍ਹੇ ਨਵੰਬਰ ਦੇ ਵਿੱਚ ਵਿਆਜ ਮਾਫ਼ ਕੀਤਾ ਗਿਆ ਸੀ। ਕਿਸ਼ਤ ਦੇ ਭੁਗਤਾਨ ਉੱਤੇ ਛੋਟ ਦੌਰਾਨ ਮਿਸ਼ਰਤ ਵਿਆਜ ਸਮਰਥਨ ਯੋਜਨਾ ਨਾਲ ਸਰਕਾਰ ਉੱਤੇ 2020-21 ਦੇ ਵਿੱਚ 5,500 ਕਰੋੜ ਰੁਪਏ ਦਾ ਬੋਝ ਪਿਆ। ਬੈਂਕ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤ 'ਚ 60% ਕਰਜ਼ਦਾਰਾਂ ਨੇ ਇਸ ਛੋਟ ਦਾ ਲਾਭ ਚੱਕਿਆ ਸੀ, ਪਰ ਲਾਕਡਾਊਨ ਦੇ ਵਿੱਚ ਛੋਟ ਤੋਂ ਬਾਅਦ ਇਹ ਆਂਕੜਾ 40% ਤੋਂ ਵੀ ਹੇਠ ਆ ਗਿਆ। ਕਾਰਪੋਰੇਟਰ ਮਾਮਲਿਆਂ ਦੇ ਵਿੱਚ ਜਿੱਥੇ ਤੱਕ ਜਨਤਕ ਖੇਤਰ ਦੇ ਬੈਂਕਾਂ ਦਾ ਸਵਾਲ ਹੈ, ਇਹ ਆਂਕੜਾ 25% ਦੇ ਹੇਠਲੇ ਪੱਧਰ ਉੱਤੇ ਹੈ। ਸੂਤਰਾਂ ਨੇ ਦੱਸਿਆ ਕਿ ਬੈਂਕ ਕਿਸ਼ਤ ਦੇ ਭੁਗਤਾਨ ਦੀ ਛੋਟ ਦੀ ਮਿਆਦ ਉੱਤੇ ਮਿਸ਼ਰਤ ਵਿਆਜ ਦੇ ਵਿੱਚ ਛੋਟ ਦੇਣਗੇ। ਉਦਾਹਰਣ ਵਜੋਂ ਜੇ ਕਿਸੇ ਗ੍ਰਾਹਕ ਨੇ 3 ਮਹੀਨਿਆਂ ਲਈ ਕਿਸ਼ਤ ਭੁਗਤਾਨ ਦੀ ਛੋਟ ਲਈ ਹੈ ਤਾਂ 3 ਮਹੀਨੇ ਲਈ ਉਸ ਦਾ ਮਿਸ਼ਰਤ ਵਿਆਜ ਮਾਫ਼ ਕੀਤਾ ਜਾਵੇਗਾ। ਰਿਜ਼ਰਵ ਬੈਂਕ ਨੇ ਪਿਛਲੇ ਵਰ੍ਹੇ ਕੋਵਿਡ-19 ਮਹਾਮਾਰੀ ਕਾਰਨ ਸਾਰੀ ਮਿਆਦੀ ਕਰਜ਼ੇ ਉੱਤੇ 1 ਮਾਰਚ ਤੋਂ 31 ਮਾਰਚ 2020 ਤੱਕ ਕਿਸ਼ਤਾਂ ਦੇ ਭੁਗਤਾਨ ਉੱਤੇ ਛੋਟ ਦਿੱਤੀ ਸੀ। ਬਾਅਦ 'ਚ ਇਹ ਮਿਆਦ ਵਧਾ ਕੇ 31 ਅਗਸਤ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਦੀ ਹਦਾਇਤਾਂ ਸਿਰਫ ਉਹਨਾਂ ਬੈਂਕਾਂ ਤੱਕ ਸੀਮਤ ਜਿਨ੍ਹਾਂ ਨੇ ਭੁਗਤਾਨ ਦੀ ਛੋਟ ਦਾ ਲਾਭ ਲਿਆ। ਇੱਕ ਮੋਟੇ ਜਿਹੇ ਅਨੁਮਾਨ ਦੇ ਮੁਤਾਬਕ ਜਨਤਕ ਖੇਤਰਾਂ ਦੇ ਬੈਂਕਾਂ ਨੂੰ 2,000 ਕਰੋੜ ਰੁਪਏ ਦੀ ਸੱਟ ਵੱਜੇਗੀ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਹੋਰ ਖਬਰਾਂ ਇਸ ਤਰ੍ਹਾਂ ਚੱਲਣਗੀਆਂ। ਦੇਸ਼ ਦੁਨੀਆਂ ਤਾਜ਼ਾ ਤਰੀਨ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜਿਜ਼ਵਾਲਾ .com ਦੇ ਨਾਲ।